ਪਿਆਰਿਓ ਕਦੇ ਆਪਣੇ ਤੇ ਵੀ ਮਾਣ ਕੀਤਾ? ਹੈਵ ਯੂ ਐਵਰ ਬੀਨ ਪ੍ਰਾਊਡ ਆਫ ਯੋਰਸੈਲਫ? ਯਾਦ ਰੱਖੋ ਪਿਆਰਿਓ, ਹੋਰਾਂ ਤੇ ਮਾਣ ਕਰਦੇ ਆ ਪਰ ਕਦੇ ਆਪਣੇ ਵਿਚਾਰ ਤੇ ਨਹੀਂ ਮਾਣ ਕੀਤਾ। ਆਪਾਂ ਕਹਿੰਦੇ ਆ ਨਾ ਜੀ, ਗੁਰੂ ਤੇ ਮਾਣ ਕਰੋ। ਗੁਰੂ ਇੱਕ ਸਮਝ ਆ, ਗੁਰੂ ਇੱਕ ਗਿਆਨ ਆ। ਗੁਰੂ ਸਾਡੀ ਜ਼ਿੰਦਗੀ 'ਚ ਜਦੋਂ ਆਉਂਦਾ ਤਾਂ ਬੰਦੇ ਨੂੰ ਅਕਲ ਆਉਂਦੀ ਆ। ਤਾਂ ਜਦੋਂ ਆਪਣੇ ਆਪ 'ਤੇ ਮਾਣ ਕਰਨਾ, ਆਪਣੀ ਵਿਚਾਰ 'ਤੇ ਮਾਣ ਕਰਨਾ, ਆਪਣੇ ਕੰਮਾਂ 'ਤੇ ਮਾਣ ਕਰਨਾ, ਭਾਵ ਜੇ ਗੁਰੂ ਨਾ ਆਉਂਦਾ ਤਾਂ ਇਹ ਕੰਮ ਨਾ ਹੁੰਦਾ, ਜੇ ਸਮਝ ਨਾ ਆਉਂਦੀ ਭਾਵ ਗੁਰੂ ਸਮਝ ਨਾ ਆਉਂਦੀ ਜ਼ਿੰਦਗੀ 'ਚ ਤਾਂ ਆਹ ਮੇਰਾ ਕੰਮ ਨਾ ਹੁੰਦਾ। ਸੋ ਆਪਣੇ 'ਤੇ ਮਾਣ ਕਰਨਾ ਭਾਵ ਗੁਰੂ 'ਤੇ ਮਾਣ ਕਰਨਾ ਹੁੰਦਾ। ਪਰ ਆਪਾਂ ਲੋਕਾਂ 'ਤੇ ਮਾਣ ਕਰਦੇ ਹਾਂ, ਇਹ 'ਤੇ ਮਾਣ ਕਰ ਲਿਆ, ਦੂਜੇ 'ਤੇ ਕਰ ਲਿਆ, ਤੀਜੇ 'ਤੇ ਕਰ ਲਿਆ, ਬੱਚਿਆਂ 'ਤੇ ਕਰ ਲਿਆ, ਘਰ ਵਾਲੇ 'ਤੇ, ਘਰ ਵਾਲੀ 'ਤੇ ਕਰ ਲਿਆ, ਮਿੱਤਰ ਦੋਸਤਾਂ 'ਤੇ ਕਰ ਲਿਆ, ਪਰ ਆਪਣੇ ਆਪ 'ਤੇ ਨਹੀਂ ਕਦੇ ਮਾਣ ਕੀਤਾ। ਵੈਨ ਹੈਵਿੰਗ ਪ੍ਰਾਈਡ ਔਰ ਬੀਇੰਗ ਪ੍ਰਾਊਡ ਆਫ ਯੋਰਸੈਲਫ ਵੈਨ ਡੂਇੰਗ ਐਨ ਅਚੀਵਮੈਂਟ ਫੋਰ ਸਕਸੀਡਿੰਗ ਇਨ ਲਾਈਫ ਇਜ਼ ਨੋਟ ਅਬਾਊਟ ਹੈਵਿੰਗ ਦੈਟ ਈਗੋ ਪ੍ਰੋਬਲਮ। ਇਹ ਹੰਕਾਰ ਨਹੀਂ ਹੁੰਦਾ ਕਿ ਮੈਂ ਆਪਣੇ ਆਪ 'ਤੇ ਮਾਣ ਕਰਦਾ। ਇਹ ਆਪਣੇ ਆਪ ਨੂੰ ਇੱਕ ਸ਼ਾਬਾਸ਼ੀ ਦੇਣੀ ਹੁੰਦੀ ਆ, ਇੱਕ ਆਪਣੇ ਆਪ ਨੂੰ ਕਹਿਣਾ ਹੁੰਦਾ ਕਿ ਬਹੁਤ ਵਧੀਆ ਤੂੰ ਅਚੀਵਮੈਂਟ ਕਰ ਲਈ ਆ। ਇਜ਼ ਅ ਵੇ ਆਫ ਸੈਲੀਬ੍ਰੇਟਿੰਗ ਦੈਟ ਸਕਸੈਸ ਦੈਟ ਯੂ ਹੈਵ ਅਚੀਵਡ। ਫੋਰ ਐਗਜ਼ਾਮਪਲ, ਆਹ ਕੰਮ ਮੁਸ਼ਕਲ ਲੱਗਦਾ ਸੀ ਪਰ ਮੈਂ ਗੁਰੂ ਗਿਆਨ ਲੈ ਕੇ, ਅਕਲ ਲੈ ਕੇ ਉਹ ਕੰਮ ਅਚੀਵ ਕਰ ਲਿਆ, ਤਾਂ ਮੈਨੂੰ ਮਾਣ ਆ ਕਿ ਮੈਂ ਇਹ ਕੰਮ ਕਰ ਸਕਿਆ, ਕਿਉਂਕਿ ਮੈਨੂੰ ਨਹੀਂ ਲੱਗਦਾ ਸੀ ਮੈਂ ਇਹ ਅਚੀਵ ਕਰ ਲੂੰਗਾ। ਸੋ ਵੈਨ ਵੀ ਹੈਵ ਪ੍ਰਾਈਡ ਔਨ ਆਰਸੈਲਵਸ, ਵੈਨ ਵੀ ਆਰ ਪ੍ਰਾਊਡ ਆਫ ਆਰਸੈਲਵਸ, ਇਜ਼ ਟੂ ਸੇ ਟੂ ਆਰਸੈਲਵਸ, ਵੈਲ ਡਨ, ਯੂ ਹੈਵ ਅਚੀਵਡ ਦਿਸ, ਯੂ ਥੋਟ ਯੂ ਕੁਡਨਟ ਡੂ ਇਟ ਬਟ ਯੂ ਹੈਵ, ਸੋ ਵਾਈ ਨੋਟ ਸੇ ਵੈਲ ਡਨ ਟੂ ਯੋਰਸੈਲਫ, ਵਾਈ ਨੋਟ ਬੀ ਪ੍ਰਾਊਡ ਆਫ ਯੋਰਸੈਲਫ। Because once again, let me just repeat myself, this isn't ego, ahankar ni, this is self-confidence. E self-confidence a pyareo, apne aap te maan karna. Guru jindagi ch hai, guru te maan karna, apne aap te maan karna hunda. So yaad rukho, kade na kade apne aap nu bhi shabashi de deya karo, apne aap nu bhi walden keh deya karo. Because jira antar baitha, duniya saadi tarif kare na kare, ਪਰ ਅੰਦਰ ਵਾਲਾ ਕਰੇ, ਇਹ ਸਭ ਤੋਂ ਵੱਡਾ ਬੋਨਸ ਆ। ਵੈਦਰ ਪੀਪਲ ਸੇ ਵਾਓ ਡਨ ਟੂ ਯੂ ਔਰ ਨਾਟ, ਦੈਟ ਡਸਨਟ ਮੈਟਰ, ਬਿਕੋਜ਼ ਸੋ ਮੈਨੀ ਪੀਪਲ ਹੈਵ ਸੋ ਮੈਨੀ ਥਿੰਗਸ ਟੂ ਸੇ, ਬਟ ਯੂ ਵਾਂਟ ਯੋਰਸੈਲਫ ਟੂ ਸੇ ਵਾਓ ਡਨ। ਵੈਨ ਯੂ ਲੁੱਕ ਐਟ ਯੋਰਸੈਲਫ ਇਨ ਦ ਮਿਰਰ, ਜਦੋਂ ਤੂੰ ਹਨਾ ਖੜ ਕੇ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਵੇਖੇ, ਤਾਂ ਤੇਰੇ ਅੰਦਰੋਂ ਇੱਕ ਹੁਲਾਰਾ ਆਵੇ, ਤੇਰੇ ਅੰਦਰੋਂ ਇੱਕ ਸ਼ਾਬਾਸ਼ ਆਵੇ, ਤੇਰੇ ਅੰਦਰੋਂ ਇੱਕ ਵੈਲ ਡਨ ਆਵੇ। ਦੈਟ ਸੈਟਿਸਫੈਕਸ਼ਨ ਯੂ ਗੈਟ ਵੈਨ ਯੂ ਸਟੈਂਡ ਇਨ ਫਰੰਟ ਆਫ ਦੈਟ ਮਿਰਰ ਐਂਡ ਲੁੱਕ ਇਨ ਟੂ ਯੋਰ ਓਨ ਆਈਜ਼, ਵੈਦਰ ਯੂਰ 30 ਟੂਡੇ, ਵੈਦਰ ਯੂਰ 10 ਟੂਡੇ, ਔਰ ਵੈਦਰ ਯੂਰ 70 ਔਰ 80 ਟੂਡੇ, ਜੇ 70-80 ਸਾਲਾਂ ਦਾ ਵੀ ਹੋ ਗਿਆ, ਤਾਂ ਸ਼ੀਸ਼ੇ ਵਿੱਚ ਖੜ ਕੇ ਆਪਣੀ ਸਾਰੀ ਜ਼ਿੰਦਗੀ ਵੱਲ ਵੇਖਦਾ, ਤਾਂ ਆਪਣੇ ਆਪ ਵਿੱਚ ਪ੍ਰਾਊਡ ਹੋ, ਮਾਣ ਕਰ, ਆਪਣੀਆਂ ਅੱਖਾਂ 'ਚ ਅੱਖਾਂ ਪਾ ਕੇ ਹਨਾ ਆਪਣੇ ਆਪ ਨੂੰ ਸ਼ਾਬਾਸ਼ੇ ਦੇ ਕਿ ਮੈਂ ਜ਼ਿੰਦਗੀ ਵਿੱਚ ਇਹ ਕੰਮ ਕਰ ਲਏ ਜਿਹੜੇ ਕਦੇ ਸੋਚੇ ਨਹੀਂ ਸੀ ਮੈਂ ਕਰ ਸਕੂੰਗਾ। ਆਈ ਹੈਵ ਅਚੀਵਡ ਦੋਜ਼ ਥਿੰਗਸ ਇਨ ਲਾਈਫ ਦੈਟ ਆਈ ਨੈਵਰ ਥੋਟ ਆਈ ਵੁੱਡ ਹੈਵ ਅਚੀਵਡ, ਬਟ ਆਈ ਹੈਵ ਡਨ, ਵੈਲ ਡਨ। ਆਪਣੇ ਆਪ 'ਤੇ ਵੀ ਮਾਣ ਕਰੋ, ਆਪਣੇ ਦਿਲ ਵਿੱਚ ਜਿਹੜਾ ਉਹ ਦਿਲ ਵਿੱਚ ਆਪਾਂ ਕਹਿੰਦੇ ਨਹੀਂ ਪਿਆਰ ਆ, ਉਹ ਪਿਆਰ ਸਾਡੇ ਅੰਦਰ ਹੀ ਆ ਪਿਆਰ, ਉਹ ਕੋਈ ਤਾਂ ਦਿਲ ਵਿੱਚ ਨਹੀਂ, ਉਹ ਸਾਡੇ ਵਿਚਾਰਾਂ ਦਾ ਸਾਡੇ ਦਿਮਾਗ ਵਿੱਚ ਆ। ਸੋ ਹੈਵ ਦਾ ਲਵ ਫੋਰ ਯੋਰਸੈਲਫ, ਐਪਰੀਸ਼ੀਏਟ ਵਟ ਯੂ ਹੈਵ ਡਨ, ਬੀ ਪ੍ਰਾਊਡ ਆਫ ਯੋਰਸੈਲਫ। ਆਪਣੇ ਆਪ 'ਤੇ ਵੀ ਕਦੇ ਨਾ ਕਦੇ ਮਾਣ ਕਰਿਆ ਕਰੋ ਪਿਆਰਿਓ, ਇਹ ਹੰਕਾਰ ਨਹੀਂ ਹੈ, ਦਿਸ ਇਜ਼ ਸੈਲਫ ਕੌਨਫੀਡੈਂਸ। ਥੈਂਕ ਯੂ ਫੋਰ ਲਿਸਨਿੰਗ ਟੂ ਟੁਡੇਜ਼ ਕਲਿੱਪ। ਜੇ ਅੱਜ ਦਾ ਕਲਿੱਪ ਵਧੀਆ ਲੱਗਾ, ਜ਼ਰੂਰ ਆਪਣੇ ਪਿਆਰ ਵਾਲਿਆਂ 'ਚ ਸ਼ੇਅਰ ਕਰਿਓ। ਭੁੱਲਿਓ ਨਾ ਲਾਈਕ, ਫੋਲੋ ਐਂਡ ਸਬਸਕ੍ਰਾਈਬ ਆਰ ਸੋਸ਼ਲ ਮੀਡੀਆ ਪਲੈਟਫਾਰਮਸ, ਨਿਰਵੈਰ ਖਾਲਸਾ ਜਥਾ UK ਔਨ ਯੂਟਿਊਬ, ਇੰਸਟਾਗ੍ਰਾਮ, ਟਿਕਟੋਕ ਐਂਡ ਫੇਸਬੁੱਕ। ਥੈਂਕ ਯੂ ਵੰਸ ਅਗੇਨ।